फिर तो स्वागत है तुहाडा पीपत्ती नवां शहर दे लाइव विच। कारवाई हो रही है और इधर बापू जी तो कहते हुण नजारा आऊगा, कहते सारिया दुकाना बाहर आ सारिया नूं किदां हत्थां पैरां दी पई। हुण देखो समान सारे किदां इधर करदे आ, ते पहलां सारे कब्जा करके दोनों पासों बैठ जांदे। हुण देखो सर 8-10 फुट बाहर भी आ, देख लो 10 फुट ज्यादा ही है। और 6 महीने पहला भी कार्रवाई हुई सी, उदो सारे ने कहा सी कोऑपरेट करांगे। ओह देखो हुण भज भज के दुकानां बंद जिहड़ियां अंदर समान सामदे पए आ, जे पहली हो जावे तां। हां जी शिफ्ट करदे पए आ, शिफ्ट ठीक है, नहीं तो कल चक के ले जाना चक आ दे फटाफट। अच्छा पिछली बार गल हुई सी कहंदे कि सर्दियां च धुप चंगी आऊगी, हुण गर्मियां च सूरज लकोया जा रहा। बिलकुल बिलकुल जी, आ देखो तरपैलां इन्हां नूं अज कह जाने आपां भाजी आ तरपैलां लहाओ, ठीक है जी, नहीं तो पिछली बार वांगू असीं पाड़ के सुट देनियां। लहाओ ਉਹ ਵੀ ਮੇਰੇ ਖਿਆਲ ਹੁਣ ਕਹਿੰਦੇ ਕੋਈ ਗੱਲ ਨੀ 6 ਮਹੀਨੇ ਬਾਅਦ ਹੀ ਆਨੇ ਆ ਫੇਰ ਲਵਾ ਲਾਂਗੇ। ਨਹੀਂ ਨਹੀਂ ਹੁਣ ਤੁਹਾਨੂੰ ਦੱਸਿਆ ਕਿ ਜੋ ਜਿੱਦਾਂ ਜਿੱਦਾਂ ਪ੍ਰਸ਼ਾਸਨ ਦੇ ਹੁਕਮ ਹੋਣਗੇ ਅਸੀਂ ਨਾ ਨਾ ਉਹਨਾਂ ਦੇ। ਚਲੋ ਠੀਕ ਹੈ। ਔਰ ਸਾਫ਼ ਹੋ ਗਿਆ ਰੋਡ ਕਾਫੀ ਹੱਦ ਤੱਕ, ਚੰਗਾ ਹੋਇਆ ਪਹਿਲਾਂ ਅਸੀਂ ਉਧਰਲੇ ਪਾਸੇ ਚਲੇ ਗਏ, ਰੋਡ ਕਾਫੀ ਹੱਦ ਤੱਕ ਸਾਫ਼ ਪਹਿਲੇ ਹੋ ਗਿਆ। ਨਹੀਂ 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 ਦੱਸਦਾ ਜਦੋਂ ਅਸੀਂ ਮੋੜ ਕੱਟਿਆ ਵਾ ਉਦੋਂ ਹੀ ਸਾਫ਼ ਹੋਇਆ ਇਹ। ਹਾਂ ਫਿਰ ਤੁਸੀਂ ਰੋਜ਼ ਇੱਕ ਦੋ ਵਾਰੀ ਗੇੜਾ ਮਾਰ ਲਿਆ ਕਰੋ। ਜ਼ਰੂਰ ਜੀ ਜ਼ਰੂਰ, ਟ੍ਰੈਫਿਕ ਭਾਜੀ ਆ ਤਰਪੈਲਾ ਲਹਾ ਦਿਓ, ਠੀਕ ਹੈ ਜੀ। ਅੱਛਾ ਕਾਫੀ ਜਿਹੜੀਆਂ ਹੁਣ ਜਿਹੜੇ ਸਟਾਲਸ ਆ ਖੰਬੇ ਤੋਂ ਪਿੱਛੇ ਕਰ ਲਏ ਆ ਇਹਨਾਂ ਨੇ, ਔਰ ਤੁਸੀਂ ਦੇਖੋ ਕਿ ਟ੍ਰੈਫਿਕ ਨੂੰ ਹੁਣ ਇੱਥੇ ਕੋਈ ਦਿੱਕਤ ਨਹੀਂ ਆਏਗੀ ਜੇ ਕੋਈ ਵਹੀਕਲ ਆ ਰਿਹਾ। ਪਿਛਲੀ ਵਾਰ ਇੱਧਰ ਬੜਾ ਰੌਲਾ ਆਇਆ ਸੀ। ਪਿੱਛੇ ਰੇਹੜੀਆਂ ਨੂੰ ਕਹਿ ਕੇ ਚਲਦੀ ਫਿਰਦੀ ਕਰੋ। ਹਾਂਜੀ ਇੱਥੇ ਹੁਣ ਕਹੋਗੇ ਇਹ ਵੀ ਜਾਊਗੇ। ਆ ਚੱਕੋ ਜੀ ਤੋਰੋ ਜੀ, ਤੋਰੋ ਭਾਜੀ ਰੇਹੜੀ, ਹੈਲੋ ਤੋਰ ਲੋ ਤੋਰ ਲੋ ਕਾਮੈਂਟਸ ਆ ਜਾਣੇ ਆ ਫਿਰ ਜਿਹੜੇ ਜਿਹਨਾਂ ਨੇ ਕਾਮੈਂਟਸ ਕਰਨਾ ਉਹਨਾਂ ਨੇ ਸਾਨੂੰ ਸਵਾਲ ਕਰਨਾ ਕਿ ਤੁਸੀਂ ਸਾਰਿਆਂ ਲਈ ਇਕੁਅਲੀ ਕਿਉਂ ਨੀ ਸਵਾਲ ਕਰਦੇ। ਤਾਂ ਜੋ ਸਕਰੀਨ ਤੇ ਨਜ਼ਰ ਆ ਰਿਹਾ ਤੁਹਾਨੂੰ ਜੀ ਕਹਿੰਦੇ ਹੂਟਰ ਦੋ ਵਾਰੀ ਵੱਜ ਜਾਂਦਾ, ਜਦੋਂ ਆਉਂਦੇ ਉਦੋਂ ਹੀ ਵੱਜ ਜਾਂਦਾ ਕਿ ਸਮਾਨ ਚੱਕ ਲਓ, ਜਦੋਂ ਜਾਂਦੇ ਆ ਫਿਰ ਹੂਟਰ ਵੱਜ ਜਾਂਦਾ ਸਮਾਨ ਬਾਹਰ ਕੱਢ ਲਓ ਚਲੇ ਗਏ ਆ। ਪਰੇਸ਼ਾਨੀ ਨਾ ਆਵੇ ਇਸ ਲਈ ਕੋਸ਼ਿਸ਼ ਸਾਡੀ ਨਗਰ ਕੌਂਸਲ ਵੱਲੋਂ ਇਹੀ ਰਹੇਗੀ ਕਿ ਅਸੀਂ ਡੇਲੀ ਇਨਕਰੋਚਮੈਂਟਸ ਹਟਾਈਏ ਤੇ ਲੋਕਾਂ ਨੂੰ ਪ੍ਰੋਬਲਮ ਨਾ ਆ ਸਕੇ। ਦੇਖੋ ਮੈਡਮ ਹੁਣ ਸ਼ਹਿਰ ਕਿੰਨਾ ਖੂਬਸੂਰਤ ਲੱਗਦਾ, ਖੁੱਲਾ ਖੁੱਲਾ ਲੱਗ ਰਿਹਾ। ਹਾਂਜੀ ਬਿਲਕੁਲ ਸਰ, ਏਦਾਂ ਹੀ ਹੋਣਾ ਚਾਹੀਦਾ, ਇਹਨਾਂ ਨੂੰ ਆਪ ਹੀ ਜਾਗਰੂਕ ਹੋਣਾ ਚਾਹੀਦਾ ਕਿ ਅਸੀਂ ਆਪਣਾ ਸਮਾਨ ਪਿੱਛੇ ਰੱਖੀਏ, ਕਿਉਂਕਿ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ ਉਹਦੇ ਤੋਂ ਬਚਿਆ ਜਾ ਸਕੇ। ਸੂਰੀ ਸਾਹਿਬ ਥੋੜੀ ਜਿਹੀ ਦੁਕਾਨਦਾਰਾਂ ਦੀ ਗੱਲ ਸਮਝਣ ਦੀ ਆ, ਜਿਹੜਾ ਕੰਮ ਕਦਰ ਦਾ ਜੋ ਵੀ ਆ ਉਹ ਤਾਂ ਏਦਾਂ ਦੀਆਂ ਵੀ ਤੁਸੀਂ ਸ਼ਹਿਰ ਦੇ ਵਿੱਚ ਦੁਕਾਨਾਂ ਦੇਖਿਆ ਨਹੀਂ, ਬਿਲਕੁਲ ਕੂੰਜੇ ਚ ਆ, ਉੱਥੇ ਵੀ ਕੰਮ ਬੜਾ ਆ। ਇਹ ਤਾਂ ਐਵੇਂ ਇਹਨਾਂ ਨੂੰ ਇੱਕ ਵਹਿਮ ਆ ਵੀ ਜੇ ਦਵਾਵੇ ਉਹਨੇ ਕੀਤਾ ਮੇਰਾ ਪਿੱਛੇ ਦੁਕਾਨ ਨਾ ਰਹਿ ਜਾਵੇ, ਮੇਰੇ ਗਾਹਕ ਨੀ ਆਉਣਾ, ਇਹ ਗਲਤ ਆ। ਜਿਹੜੀ ਕਿਸਮਤ ਦਾ ਜੋ ਪਰਮਾਤਮਾ ਨੇ ਲਿਖ ਦਿੱਤਾ ਉਹਦੀ ਉੱਥੇ ਦੁਕਾਨ ਤੇ ਜਾਣਾ ਹੀ ਜਾਣਾ ਉਹਨੇ। ਬਿਲਕੁਲ ਸਹੀ ਗੱਲ ਹੈ। ਹੁਣ ਕਿਸ ਪਾਸੇ ਜਾ ਰਹੇ ਆਪਾਂ? ਕੋਠੀ ਰੋਡ ਦੇ ਦਫ਼ਤਰ ਨੂੰ। ਓਕੇ ਤਾਂ ਕੋਠੀ ਰੋਡ ਜਾ ਰਹੇ ਆ, ਲੇਕਿਨ ਹੁਣੇ ਕਿਸ ਨੇ ਸ਼ਿਕਾਇਤ ਕੀਤੀ? ਪ੍ਰਧਾਨ ਜੀ ਆ ਕਰ ਲੋ ਬਸ, ਸ਼ਿਕਾਇਤ ਕਰਕੇ ਗਏ ਜੀ ਹੁਣੇ ਬੰਦਾ ਇੱਕ ਸ਼ਿਕਾਇਤ ਕਰਕੇ ਗਿਆ, ਸ਼ਿਕਾਇਤ ਕਰਕੇ ਗਿਆ, ਹੁਣੇ ਸ਼ਿਕਾਇਤ ਕਰਕੇ ਗਿਆ ਬੰਦਾ। ਚਲੋ ਆਜੋ। ਤਾਂ ਆ ਜਿੰਨੀਆਂ ਵੀ ਤੁਹਾਨੂੰ ਸਟਾਲਸ ਨਜ਼ਰ ਆਏ ਖੰਬੇ ਤੋਂ ਪਿਛਲੇ ਪਾਸੇ ਹੀ ਆ। ਬਿਲਕੁਲ ਹਾਂਜੀ, ਸਮਾਨ ਚੁਕਾ ਕੇ ਬੈਸਟ ਇਹਨਾਂ ਦੇ ਤਾਂ ਦੱਸਣਾ ਉਹਨੇ ਚੱਕ ਲਓ ਬੈਂਚ ਬੁੰਚ ਇਹਨਾਂ ਦੇ। ਇੱਥੇ ਰੇਹੜੀ ਪਹਿਲਾਂ ਲੱਗੀ ਸੀ ਹੁਣ ਹੈ ਨੀ ਗੀ,
ਤਾਂ ਖੌਫ ਉਹਨਾਂ ਦੇ ਅੰਦਰ ਸੀਗਾ ਤੇ ਰੇੜੀ ਤੇ ਤੁਹਾਨੂੰ ਉੱਥੇ ਸਮਾਨ ਜਿਹੜਾ ਡਰ ਹੋਇਆ ਪਿਆ ਬੰਦਾ ਉਹਨੇ ਉਦਾਂ ਪੈ ਗਿਆ ਟੇਬਲ ਉਹ ਚੱਕਰ ਲਾਓ ਯਾਰ ਉਹ ਤਸਵੀਰਾਂ ਤੁਸੀਂ ਇਹਨਾਂ ਦਾ ਕਹਿਣਾ ਚਲੋ ਸਰ ਇਹਨੂੰ ਵੀ ਮੌਕਾ ਦੇ ਦੋ ਬਾਕੀਆਂ ਨੂੰ ਦਿੱਤਾ ਜੇ ਬਾਕੀਆਂ ਨੂੰ ਦਿੱਤਾ ਵੱਡੀਆਂ ਦੁਕਾਨਾਂ ਨੂੰ ਹਾਂਜੀ ਸਰ ਤੁਸੀਂ ਦੇਖੋ ਇੱਕ ਇੰਚ ਵੀ ਇਸ ਬੰਦੇ ਦੀ ਇੱਥੇ ਜਗ੍ਹਾ ਹੈ ਨੀ ਇੱਕ ਇੰਚ ਜੇ ਕਦੋਂ ਉਹ ਦੁਬਾਰਾ ਸਾਰੀ ਸੜਕ ਹੈ ਸਾਰਾ ਕੁਛ ਇਹਨੇ ਵਿੱਚ ਰੋਡ ਦੇ ਲਾਇਆ ਹੋਇਆ ਤੇ ਲੋਕੀ ਕਿੱਥੋਂ ਲੰਘਣਗੇ ਕਿੰਨੀ ਪਰੇਸ਼ਾਨੀ ਆਉਂਦੀ ਪਬਲਿਕ ਲਈ ਸਹੀ ਗੱਲ ਤੇ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਇੱਕ ਸਕੂਟਰ ਮੋਟਰਸਾਈਕਲ ਇੱਥੋਂ ਆਰਾਮ ਨਾਲ ਨਿਕਲ ਸਕਦਾ ਨਹੀਂ ਜਦ ਕਾਰਨ ਕਿਉਂਕਿ ਦੇਖੋ ਕਿੰਨੀ 5-6 ਫੁੱਟ ਜਗ੍ਹਾ ਹੈਗੀ ਇਹਨਾਂ ਦੀ ਜਦ ਕਿ ਇੱਕ ਤੇ ਇੱਕ ਇੰਚ ਵੀ ਜਗ੍ਹਾ ਹੈ ਨਹੀਂ ਗੀ ਉਹ ਦੁਬਾਰਾ ਹੈਗੀ ਸਾਰੇ ਰੋਡ ਹੈਗਾ ਇਹਨੂੰ ਸਰ ਅਲਾਓ ਕਿਹਨੇ ਕੀਤਾ ਇੱਥੇ ਲਾਉਣ ਨੂੰ ਹੁਣ ਇਹਨਾਂ ਨੂੰ ਪੁੱਛੋ ਕਿਹਨੇ ਅਲਾਓ ਕੀਤਾ ਦੱਸੇ ਕਿਸੇ ਨਾ ਲਵੇ ਵੀ ਕਿਹਨੇ ਅਲਾਓ ਕੀਤਾ ਕਿਸੇ ਨੇ ਦਿੱਤਾ ਕਿਸੇ ਦੁਕਾਨਦਾਰ ਨੂੰ ਪੁੱਛ ਲਓ ਜੀ ਕਮੇਟੀ ਦਾ ਆਪਣੇ ਆਪ ਹੀ ਕਰਦੇ ਆ ਜਦ ਕਮੇਟੀ ਜਾਂਦੀ ਚੱਕਣ ਉਦੋਂ ਸਮਾਨ ਅੱਗੇ ਪਿੱਛੇ ਕਰ ਲੈਂਦੇ ਆ ਪਰ ਸ਼ਹਿਰ ਜਿੰਨੇ ਨਜਾਇਜ਼ ਕਬਜ਼ੇ ਤੁਸੀਂ ਕਹਿੰਦੇ ਕਮੇਟੀ ਨੇ ਕਿਸੇ ਨੂੰ ਅਲਾਓ ਨਹੀਂ ਕੀਤਾ ਸਰ ਨੇ ਆਪ ਕੀਤੇ ਆਪਣੇ ਆਪ ਕੀਤੇ ਚੱਕ ਜਾ ਰਹੇ ਨਾ ਬੈਂਚ ਚੱਕ ਦੇ ਸੁਭਾਸ਼ ਜੀ ਨੇ ਫਿਰ ਇੱਥੇ ਪਿੰਨ ਪੁਆਇੰਟ ਕੀਤਾ ਹੈ ਉਹਨਾਂ ਨੇ ਦੱਸਿਆ ਕਹਿੰਦੇ ਕਿ ਇੱਕ ਇੰਚ ਵੀ ਜਗ੍ਹਾ ਇਹਨਾਂ ਦੀ ਨਹੀਂ ਹੈ ਔਰ ਇਹ ਆਪ ਹੀ ਜਿਹੜਾ ਇੱਥੇ ਆਪ ਮੁਹਾਰੇ ਕਬਜ਼ਾ ਕੀਤਾ ਹੋਇਆ ਜਿਹਦੇ ਕਰਕੇ ਪਬਲਿਕ ਨੂੰ ਦਿੱਕਤ ਹੁੰਦੀ ਹੈ ਮੈਂ ਨੀ ਕਹਿੰਦਾ ਵੀ ਜਦੋਂ ਹਾਂਜੀ ਮੈਂ ਉਹ ਚੱਲ ਅਸੀਂ ਘੁੰਮ ਜਾਣੇ ਉਹ ਪਤਾ ਕੀ ਚਲੋ ਜਿਹੜਾ ਪ੍ਰਸ਼ਾਸਨ ਜਿਹੜਾ ਕਰ ਰਹੇ ਆ ਬਹੁਤ ਵਧੀਆ ਸ਼ਲਾਘਾ ਜੋ ਕਦਮ ਆ ਪਰ ਰੂਲ ਸਭ ਲਈ ਇੱਕੋ ਜਿਹੇ ਹੋਣੇ ਚਾਹੀਦੇ ਆ ਇੱਕ ਸ਼ੋਪ ਦੇ ਅੱਗੇ ਉੱਥੇ ਸਗਾ ਬਾਦਰਾ ਤੋੜਿਆ ਗਿਆ ਭਾਵੇਂ ਉਹ ਮੇਰੀ ਸੀ ਮੈਨੂੰ ਕੋਈ ਇਤਰਾਜ਼ ਨਹੀਂ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਪਰ ਜਿਹੜੇ ਨਾਲ ਦੇ ਬਰਾਬਰ ਹੈ ਉਹਨਾਂ ਨੂੰ ਵੀ ਕਰੋ ਨਾ ਕਿਹਦੀ ਗੱਲ ਕਰ ਰਹੇ ਹੋ ਪਵਨ ਜੂਸ ਹੋ ਗਿਆ ਆਲੇ ਵਾਲੇ ਉਹ ਸਭ ਬਰਾਬਰ ਦੇ ਆ ਹੁਣ ਇੱਕ ਖੰਬੇ ਦੀ ਆੜ ਚ ਸੀਗੇ ਲਾਤਾ ਬਹੁਤ ਵਧੀਆ ਕੀਤਾ ਮੈਨੂੰ ਕੋਈ ਇਤਰਾਜ਼ ਨਹੀਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਚਲੋ ਪ੍ਰਸ਼ਾਸਨ ਕੋਸ਼ਿਸ਼ਾਂ ਕਰਨ ਲੱਗਾ ਪਰ ਕਮ ਸੇ ਕਮ ਉਹਨੂੰ ਬਾਕੀਆਂ ਵਾਸਤੇ ਵੀ ਰੂਲ ਤਾਂ ਸੇਮ ਕਰੋ ਨਾ ਸੇਮ ਰੂਲ ਹੋਣ ਸਾਨੂੰ ਕੋਈ ਇਤਰਾਜ਼ ਨਹੀਂ ਬਹੁਤ ਖੁਸ਼ੀ ਦੀ ਗੱਲ ਹੈ ਉਹਨਾਂ ਨੇ ਇਹ ਵੀ ਕਿਹਾ ਸੀ 5 ਮਿੰਟ ਚ ਅੰਦਰ ਕਰ ਲੈਣੇ ਦੇਖਦੇ ਹੋ ਗਏ ਹਾਂਜੀ 5 ਸਾਲ ਚ ਵੀ ਅੰਦਰ ਕਰਾ ਦੋ ਮੈਂ ਮੰਨ ਜਾਊਂਗਾ ਤੁਹਾਨੂੰ ਵੱਡਾ ਸਵਾਲ ਚਾਵਲਾ ਜੀ ਨੇ ਖੜਾ ਕਰ ਦਿੱਤਾ ਹੁਣ ਉਹ ਕਹਿੰਦੇ 5 ਮਿੰਟ ਦੀ ਉਹਨਾਂ ਨੇ ਗੱਲ ਕੀਤੀ ਆ 5 ਸਾਲ ਚ ਵੀ ਕਹਿੰਦੇ 20 ਸਾਲ ਚ ਹਲੇ ਤੱਕ ਨਹੀਂ ਹੋਏ ਜਿਹੜੀਆਂ ਉਹ ਦੁਕਾਨਾਂ ਬਾਹਰ ਲੱਗਦੀਆਂ ਜੇ 5 ਸਾਲ ਚ ਵੀ ਕਰਾ ਦੇਣ ਤਾਂ ਮੈਂ ਤਾਂ ਵੀ ਕੰਗਰੈਚੁਲੇਟ ਕਰੂੰਗਾ ਔਰ ਉਹਨਾਂ ਦਾ ਇਹ ਗਿਲਾ ਆ ਉਹ ਕਹਿੰਦੇ ਕਿ ਸਾਡਾ ਬੋਰਡ ਜਿਹੜਾ ਆ ਖੰਬੇ ਦੇ ਨਾਲ ਸੀ ਉਹਨੂੰ ਪਾੜਿਆ ਗਿਆ ਅਸੀਂ ਉਸ ਗੱਲ ਦਾ ਸਵਾਗਤ ਕਰਦੇ ਹਾਂ ਲੇਕਿਨ ਸਾਡੇ ਜਿਹੜੇ ਆਂਢੀ ਗੁਆਂਢੀ ਹੈ ਜੇ ਉਹਨਾਂ ਦਾ 5 ਸਾਲ ਚ ਵੀ ਤੁਸੀਂ ਸਮਾਨ ਚੁਕਾ ਦਿਓ ਤਾਂ ਵੀ ਕਹਿੰਦੇ ਮੰਨ ਜਾਊਂਗਾ ਤਾਂ ਇਹ ਵੱਡਾ ਚੈਲੰਜ ਦੇ ਕੇ ਗਏ ਵੱਡੀ ਚੁਣੌਤੀ ਦੇ ਕੇ ਗਏ ਆ ਚੈਲੰਜ ਦੇ ਕੇ ਗਏ ਸੀ ਚਾਵਲਾ ਜੀ ਸੂਰਜ ਜੀ ਕਹਿੰਦੇ ਕੋਈ ਨੀ ਮੁੜ ਕੇ ਆ ਜਾਵਾਂਗੇ ਪਰ ਬਾਕੀ ਟੀਮ ਕਹਿ ਰਹੀ ਹੈ ਕਿ ਨਹੀਂ ਅਸੀਂ ਜਾਵਾਂਗੇ ਅਸੀਂ ਚੈੱਕ ਕਰਾਂਗੇ ਔਰ ਚਾਵਲਾ ਜੀ ਨੇ ਗੱਲ ਜਿਹੜੀ ਆ ਠੋਕ ਕੇ ਕਹੀ ਹੈ ਕਿ ਰੂਲ ਸਾਰੇ ਲਈ ਸਿਮਿਲਰ ਹੋਣੇ ਚਾਹੀਦੇ ਆ ਪਿਛਲੀ ਵਾਰ ਵੀ ਇਸ ਬੀਬੀ ਦੀ ਅਸੀਂ ਤਾਰੀਫ ਕੀਤੀ ਸੀਗੀ ਕਹਿੰਦੇ ਦੁਕਾਨ ਦੇਖੋ ਸਾਰੀ ਅੰਦਰ ਹੁੰਦੀ ਹੈ ਤਾਂ ਇਸ ਵਾਰ ਫਿਰ ਤਾਰੀਫ ਕਰਦੇ ਹਾਂ ਜਿਹੜੇ ਲੋਕ ਕੋਆਪਰੇਟ ਕਰਦੇ ਉਹਨਾਂ ਦੀ ਤਾਰੀਫ ਸ਼ਲਾਘਾ ਤਾਂ ਬਣਦੀ ਹੈ ਔਰ ਨਾਲ ਦੀ ਨਾਲ ਟ੍ਰੈਫਿਕ ਇੰਚਾਰਜ ਸੁਭਾਸ਼ ਜੀ ਦੀ ਤਾਰੀਫ ਮੈਂ ਕਰਨੀ ਚਾਹਾਂਗਾ ਜਿੱਥੇ ਕੋਈ ਨਜਾਇਜ਼ ਲੱਗਿਆ ਉੱਥੇ ਉਹ ਪਿੰਨ ਪੁਆਇੰਟ ਕਰਦੇ ਰਹੇ ਆ ਉੱਥੇ ਉੱਥੇ ਗਾਈਡ ਕਰਦੇ ਰਹੇ ਆ ਤਾਂ ਜੀ ਸੁਭਾਸ਼ ਜੀ ਔਰ ਕੱਪੜੇ ਦੀਆਂ ਦੁਕਾਨਾਂ ਸੀਗੀਆਂ ਉਹਨਾਂ ਨੂੰ ਕਹਿ ਕੇ ਦੇਖੋ ਦੁਬਾਰਾ ਫਿਰ ਉਹਨਾਂ ਨੂੰ ਉਸੇ ਲਾ ਲਿਆ ਹੁਣ ਅਸੀਂ ਦੁਬਾਰਾ ਫਿਰ ਉੱਥੇ ਚੱਲੇ ਹਾਂ ਮਤਲਬ ਇਹ ਪਬਲਿਕ ਨੂੰ ਵੀ ਚਾਹੀਦਾ ਆਪਣੇ ਆਪ 'ਤੇ ਸਾਰਿਆਂ ਨੂੰ ਚਾਹੀਦਾ ਵੀ ਜੇ ਕੋਈ ਸਮਝਾਉਂਦਾ ਤਾਂ ਅਸੀਂ ਸਮਝ ਜਾਈਏ ਜਿੰਨੇ ਕੁ ਇਹਨਾਂ ਨੂੰ ਜਗ੍ਹਾ ਦਿੰਦੇ ਉਹਦੇ ਵਿੱਚ ਲਾ ਲੈਣ ਉਹ ਤੋਂ ਜ਼ਿਆਦਾ ਬਾਹਰ ਨਾ ਆਉਣ ਦੇਖੋ ਇਹ ਵੀ ਕੋਆਪਰੇਟ ਕਰਨ ਦੀ ਕੋਸ਼ਿਸ਼ ਤਾਂ ਕਰਦੇ ਆ ਕਿ ਚਲੋ ਕਿਸੇ ਦਾ ਰੁਜ਼ਗਾਰ ਨਾ ਖੁੱਸੇ ਪਰ ਜੇ ਹੁਣ ਕੋਈ ਨਜਾਇਜ਼ ਹੀ ਕੱਢੀ ਜਾ ਰਿਹਾ ਬਾਹਰ ਦੁਕਾਨ ਤੋਂ ਉਹ ਵੀ ਗਲਤ ਨਹੀਂ ਬਸ ਪਤਾ ਨਹੀਂ ਕੀ ਕਿਤੋਂ ਦਾ ਦਿਮਾਗ ਹੋ ਗਏ ਸਾਰਿਆਂ ਦੇ ਮੰਨ ਕੇ ਕੋਈ ਰਾਜ਼ੀ ਨਹੀਂ ਹੈਗਾ ਔਰ ਫਿਰ ਬਾਅਦ ਸਾਰਾ ਭਾਂਡਾ ਜਿਹੜਾ ਪ੍ਰਸ਼ਾਸਨ ਦੇ ਫੁੱਟ ਜਾਂਦਾ
ਕਿਸੇ ਨੇ ਕੁਛ ਕਿਸੇ ਨੇ ਕੁਛ ਚੱਲ ਕੇ ਅਸੀਂ ਕਰਦੇ ਕੰਮ ਸਾਰਾ ਪਬਲਿਕ ਵੈਲਫੇਅਰ ਲਈ ਵੈਲਫੇਅਰ ਲਈ ਔਰ ਪਬਲਿਕ ਲਈ ਕਰਦੇ ਹਾਂ ਪਬਲਿਕ ਸਪੋਰਟ ਨਹੀਂ ਕਰਦੇ ਨਹੀਂ ਚਲੋ ਨਣੀ ਜੀ ਨੇ ਆਪਾਂ ਗੱਲ ਕੀਤੀ ਤਾਂ ਕਹਿੰਦੇ ਆਪਾਂ ਹੁਣੇ ਜਾਵਾਂਗੇ ਦੇਖ ਕੇ ਆਵਾਂਗੇ ਇਹਨਾਂ ਨੇ ਤੁਸੀਂ ਤੁਹਾਨੂੰ ਮੈਂ ਦੱਸਣਾ ਇਹਦੇ ਆਪਾਂ 10 ਮਿੰਟ ਪਹਿਲਾਂ 5 ਸੂਟ ਚੱਕੇ ਦੋਨਾਂ ਦੁਕਾਨਾਂ ਦੇ ਔਰ 10 ਫੋਨ ਆ ਗਏ ਇਹਨਾਂ ਦੇ ਸੁਭਾਸ਼ ਜੀ ਦੀ ਗੱਲ ਬੜੀ ਮੈਨੂੰ ਚੰਗੀ ਲੱਗੀ ਕਿ ਮੌਕੇ ਤੇ ਪਿੰਨ ਪੁਆਇੰਟ ਕਰ ਰਹੇ ਆ ਤੁਹਾਨੂੰ 10 ਮਿੰਟ ਪਹਿਲਾਂ ਕਹਿ ਕੇ ਗਏ ਕਿ ਨਹੀਂ ਲਾਉਣਾ ਦੇਖੋ ਫੜੀ ਦਾ ਮਤਲਬ ਕੀ ਹੈ ਜਿਹੜੇ ਫੜੀਆਂ ਲਾਉਂਦੇ ਨੇ ਸਾਡੇ ਆਪਣੇ ਸਾਰੇ ਫੜੀ ਦਾ ਮਤਲਬ ਹੁੰਦਾ ਤੁਰ ਫਿਰ ਕੇ ਵੇਚਣ ਦਾ ਹੁਣ ਤੁਸੀਂ ਦੇਖ ਲਓ ਫੜੀ ਦੇ ਆਲੇ ਦੁਆਲੇ 6-7 ਕਰੇਟ ਲਾ ਲੇ ਜੇ ਤੁਸੀਂ ਕਹੋਗੇ ਫਿਰ ਦੂਜੇ ਪਾਸੇ ਨੂੰ ਕੰਮ ਕਈ ਵਾਰ ਚੱਲ ਪੈਂਦਾ ਜੀ ਗਰੀਬ ਨੇ ਉਹ ਜੀ ਗਰੀਬ ਜਗ੍ਹਾ ਜਿੰਨੀ ਮਰਜ਼ੀ ਮੰਨ ਲਵੇ ਪਿੱਛੇ ਉਹਨੂੰ ਹੁਣ ਹੀ ਕਹਿ ਕੇ ਗਏ ਪਿੱਛੇ ਕਰਕੇ ਲਾ ਲਿਆ ਪਰ ਉਹਨੇ ਮੰਨੀ ਨੀ ਗੱਲ ਫਿਰ ਤੁਸੀਂ ਕੀ ਕਰੋਗੇ ਤੋੜ ਲਾ ਯਾਰ ਚੱਕ ਲਾ ਕੀ ਕਰ ਸਕਦੇ ਹੋ ਪਰ ਹੁਣ ਵੱਡੀਆਂ ਦੁਕਾਨਾਂ ਤੇ ਕਾਰਵਾਈ ਹੋਊਗੀ ਜਿਹੜਾ ਸਵਾਲ ਕਰਕੇ ਗਿਆ ਚਾਵਲਾ ਜੀ ਖੜਾ ਹਾਂ ਦੇਖੋ ਸਾਰੇ ਫਰੂਟ ਕੱਲਾ ਇਸ ਗਰੀਬ ਦਾ ਨਹੀਂ ਉਹ ਵੱਡੀਆਂ ਦੁਕਾਨਾਂ ਵਾਲੇ ਦਾ ਵੀ ਚੱਕੋਗਾ ਕ੍ਰੇਟ ਵਗੈਰਾ ਇਹ ਜਿਹੜੀ ਮੁਹਿੰਮ ਚੱਲੀ ਹੈ ਚੱਲ ਬੱਸ ਕਰੋ ਪਬਲਿਕ ਲਈ ਚੱਲੀ ਹੈ ਭਈ ਕਿਸੇ ਨੂੰ ਪ੍ਰੋਬਲਮ ਆਉਂਦੀ ਸੀਗੀ ਤਾਂ ਹੀ ਇਹ ਕੰਮ ਚੱਲਿਆ ਸਾਰੇ ਅਫਸਰਾਂ ਦੇ ਧਿਆਨ ਵਿੱਚ ਗੱਲ ਇਹ ਸਾਰਿਆਂ ਤੇ ਕਾਰਵਾਈ ਹੋਊਗੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਜੀ ਤਾਂ ਇਹ ਤੁਹਾਨੂੰ ਇੱਕ ਤਰ੍ਹਾਂ ਦੀ ਸਿੱਖਿਆ ਹੀ ਦੇ ਕੇ ਚੱਲੇ ਤੁਹਾਡਾ ਕ੍ਰੇਟ ਹੀ ਲੈ ਕੇ ਚੱਲੇ ਫਰੂਟ ਨਹੀਂ ਲੈ ਕੇ ਚੱਲੇ ਤਾਂ ਉਹ ਵੀ ਹੁਣ ਵਿਚਾਰਾ ਨਮੋਸ਼ੀ ਦੇ ਆਲਮ 'ਚ ਹੈ ਉਹ ਵੀ ਕੀ ਕਰੇ ਦੇਖੋ ਦੇਖੀ ਅਗਲਾ ਕਹਿੰਦਾ ਸਾਰਿਆਂ ਨੇ ਲਾਈ ਆ ਤਾਂ ਮੈਂ ਵੀ ਲਾ ਲੈਂਦਾ ਇਹ ਇੰਨੀ ਛੇਤੀ ਡਿਸਿਪਲਿਨ 'ਚ ਸਾਰੇ ਨਹੀਂ ਆਉਣਗੇ ਇਹ ਜਦੋਂ ਸਾਰੇ ਰੂਲ ਫੋਲੋ ਕਰਨਗੇ ਤਾਂ ਦੂਜਾ ਬੰਦਾ ਕਰਦਾ ਇੱਕ ਤੇ ਕਾਰਵਾਈ ਹੋ ਜਾਵੇ ਬਾਕੀਆਂ ਦੇ ਨਾ ਹੋਵੇ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਗਿਲਾ ਆਈ ਜਾਂਦਾ ਮਨ ਵਿੱਚ ਤਸਵੀਰਾਂ ਤੁਸੀਂ ਤਸਵੀਰਾਂ ਤੁਸੀਂ ਨਵਾਂ ਸ਼ਹਿਰ ਦੇ ਮੁੱਖ ਮਾਰਗ ਤੋਂ ਦੇਖ ਰਹੇ ਹੋ ਉਹ ਦੇਖੋ ਜੁੱਤੀਆਂ ਦੀ ਦੁਕਾਨ ਹੈ ਸ਼ੂ ਦੀ ਦੇਖੋ ਮਤਲਬ ਅਸੀਂ ਉੱਥੋਂ ਗਏ ਹੀ ਆ ਦੁਬਾਰਾ ਐ ਰੋਡ ਦੇ ਉੱਪਰ ਚੱਕਣ ਲੱਗ ਹੁਣ ਫੇਰ ਆਪਣੀ ਦੁਕਾਨ ਚ ਰੱਖਣ ਲੱਗ ਗਏ ਮਤਲਬ ਡਰ ਨਹੀਂ ਹੈ ਨਾ ਕੋਈ ਡਰ ਸਿਰਫ ਦਿਖਾਵਾ ਆ ਡਰਾਮਾ ਹੈ ਬਿਲਕੁਲ ਲੋਕ ਲੱਗ ਚੁੱਕੇ ਆ ਜੀ ਜਿੰਨਾ ਮਰਜ਼ੀ ਇਹਨਾਂ ਨੂੰ ਸਮਝਾਈ ਜਾਓ ਇਹ ਨਹੀਂ ਸਮਝਦੇ ਤਾਂ ਤੁਸੀਂ ਹੁਣ ਜਿਹੜੇ ਕਈ ਵੇਲੇ ਪ੍ਰਸ਼ਾਸਨ ਦੇ ਸਵਾਲ ਚੱਕਦੇ ਹੁੰਦੇ ਆ ਹੁਣ ਮੇਰੇ ਖਿਆਲ ਬਹੁਤ ਸਾਰੇ ਆਨਸਰਸ ਮਿਲ ਜਾਣੇ ਆ ਕਿਉਂਕਿ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਿੱਤੀਆਂ ਕਿ ਪਬਲਿਕ ਵੱਲੋਂ ਕੋਈ ਸਹਿਯੋਗ ਨਹੀਂ ਕੋਈ ਕੋਆਪਰੇਸ਼ਨ ਨਹੀਂ ਮਿਲ ਰਹੀ ਕੋਈ ਸੈਨਰਜੀ ਨਹੀਂ ਮਿਲ ਰਹੀ ਇੱਕ ਦਿਨ ਤਾਂ ਐਟਲੀਸਟ ਬੰਦਾ ਕਹਿਣਾ ਮੰਨ ਲਵੇ ਦੇਖੋ ਸ਼ੂ ਦੀ ਦੁਕਾਨ ਦਿਖਾ ਲਓ ਉਹਨਾਂ ਦੀ ਚੱਪਲਾਂ ਦੀ ਬਿਲਕੁਲ ਹੀ ਰੋਡ ਦੇ ਉੱਪਰ ਲਾ ਕੇ ਖੜ੍ਹ ਗਏ ਦੇਖੋ ਉਹ ਦੇਖੋ ਹੁਣ ਚੱਕ ਰਹੇ ਚੱਕਦੇ ਵੀ ਦਿਖਾਓ ਜਰਾ ਫਟਾਫਟ ਤਾਂ ਦੇਖੋ ਕਿਵੇਂ ਭੱਜ ਨੱਠ ਪਈ ਹੋਈ ਹੈ ਐਟਲੀਸਟ ਬੰਦਾ ਘੰਟਾ ਤਾਂ ਕਹਿਣਾ ਮੰਨ ਲਵੇ 5 ਮਿੰਟ ਵੀ ਨਹੀਂ ਕਹਿਣਾ ਮੰਨ ਹੋਇਆ ਔਰ ਇਹ ਤਸਵੀਰਾਂ ਲੋਕਾਂ ਦੇ ਉੱਤੇ ਸਵਾਲ ਖੜੇ ਕਰਦੀਆਂ ਹੋਈਆਂ ਕਿ ਅਸੀਂ ਜਦ ਆਪ ਹੀ ਕੋਆਪਰੇਟ ਨਹੀਂ ਕਰਦੇ ਹੁਣ ਦੇਖੋ ਕਿਵੇਂ ਭੱਜ ਨੱਠ ਪਈ ਆ ਕ੍ਰੇਟ ਚੱਕੇ ਜਾ ਰਹੇ ਆ ਆ ਚੱਪਲਾਂ ਦੀ ਦੁਕਾਨ ਦੇਖੋ ਦੁਕਾਨ ਹੈਗੀ ਆ ਪ੍ਰੋਪਰ ਸੁਭਾਸ਼ ਜੀ ਦੁਕਾਨ ਪ੍ਰੋਪਰ ਹੈਗੀ ਆ ਹਾਂ ਪ੍ਰੋਪਰ ਦੁਕਾਨ ਹੈਗੀ ਸਾਰਾ ਕੁਛ ਵਧੀਆ ਵੀ ਬਾਹਰ ਡਿਸਪਲੇ ਕਿਵੇਂ ਇਹਨੂੰ ਮੰਨਣਾ ਨਹੀਂ ਹੈਗਾ ਤੁਸੀਂ ਮੈਂ ਕੋਸ਼ਿਸ਼ ਹੁੰਦੀ ਹੈ ਦੇਖੋ ਅਸੀਂ ਤਨਖਾਹ ਲੈਂਦੇ ਹਾਂ ਸਾਡਾ ਫਰਜ਼ ਬਣਦਾ ਅਸੀਂ ਡਿਊਟੀ ਕਰੀਏ ਵਧੀਆ ਡਿਊਟੀ ਕਰੀਏ ਪਬਲਿਕ ਜਿਹੜੀ ਸਾਡੀ ਉਹ ਖਰਾਬ ਨਾ ਹੋਵੇ ਪ੍ਰੋਬਲਮ ਟ੍ਰੈਫਿਕ ਦੀ ਬਹੁਤ ਜ਼ਿਆਦਾ ਹੈ ਰੋਡ ਬੜੇ ਪੁਰਾਣੇ ਨੇ ਕਿੰਨੇ ਕਿੰਨੇ ਸਾਲਾਂ ਤੋਂ ਸਦੀਆਂ ਹੋ ਗਈਆਂ ਟ੍ਰੈਫਿਕ ਬਹੁਤ ਜ਼ਿਆਦਾ ਅੱਗੇ ਨਾਲੋਂ ਵੱਧ ਗਈ ਆਪਣਾ ਜੁਰਮਾਨਾ ਭਰੋ ਲੈ ਜਾਇਓ ਜਿੱਦਾਂ ਗੱਠ ਬੰਨੀ ਉਦੋਂ ਲੈ ਜਾਇਓ ਦਫ਼ਤਰ ਹੋ ਗਏ ਕਹਿੰਦੇ ਟੇਬਲ ਵੀ ਨਾਲੇ ਲੈ ਜਾਓ ਟੇਬਲ ਨਾ ਹੋਊਗਾ ਤਾਂ ਨਾ ਲੱਗੂਗਾ ਤਾਂ ਸੁਭਾਸ਼ ਜੀ ਪਿੰਨ ਪੁਆਇੰਟ ਕਰ ਰਹੇ ਨੇ ਦੱਸ ਰਹੇ ਨੇ ਅੰਡਰਲਾਈਨ ਕਰ ਰਹੇ ਨੇ ਕਿ ਆਹ ਦੇਖੋ
5 मिनट पहले आए थे और 5 मिनट बाद फिर तो ही हाल नहीं जी सर। देखो इधर लोग जानते ने रोंग साइड आ रहे ने जे तुसी चलान करो फिर गरीब है जी। देखो मतलब अपने सामने देखो तो वीडियो शेयर करो जरा भी देखो की करते ने जी जी। अच्छा एक गल बड़ी फेस करनी पैंदी उन्हें के गरीब है बस वो ज्यादा इस चीज के कई बार मुद्दे बना लेंगे। आओ देखो रोंग साइड आ रहे सुभाष जी जी गल कर रहे हैं वापस मोड़ रहे इन्हों पता नहीं किदा लाइसेंस इशू हो जाते हैं जा इन्हों सिखलाई घट है ज की है मतलब रोंग साइड रोंग पार्क फिर उत्थे लग गई। हाँ बस देख लो तुम दिखा दो ना सारा कुछ चल रहा हूँ मुड़ के जा रहा गड्डी हो हम सीधे रह बस की करिए समझाई यार सारा दिन तो हूँ वड्डा चैलेंज जिहड़ा चावला जी दे के गए थे सामने उन्हों का कहना सीगा कि बड़िया फ्रूट दुकाना जिहड़ियां हुण उधर सामने आ जिहड़ा चावला जी चैलेंज दे के गए कहिंदे कि 5 साल च भी जे सुधार कर दो तो मैं मन जाऊं 5 मिनट तो कहिंदे बहुत छोटी जी गल है लाइव देख के वह आए थे कहिंदे कि साडा जिहड़ा जिहड़ी फ्लैक्स सीगी वह पाड़ी है तो कोई गल नहीं है मैं स्वागत करदा लेकिन सारिआं नाल की सेम प्रोसीजर होगा सारिआं नूं सेम रूल्स फॉलो करने पैणगे कि नहीं। और देखो हुण मेरे ख्याल स्पीड फड़ी हुई है उन्होंने अर्लीयर पहला वो गल साबित सच हुंदी नजर आउंदी सी कि 5 साल च भी करवाउणा औखा चक्कदे पे समान चक्कर इन्होंने ना बड़ा सिस्टम ये ना टकाया हुंदा बन बुन के वह हौली हौली हुण कर रहे हैं कर लो भाजी पिछे कर लो कट दे पर पक्का ही लग रहा है ला लो। हाँ जी हाँ जी कटो कटो चलो जे चावला ही देख रहे तो देख लेंगे शुरू हो गया जी उन्होंने शिकायत जाहिर की अगली दुकान का उन्होंने होर जिक्र किया जो उत्थे सुभाष जी ने भी गल की सी कि सड़क दे बिल्कुल नेड़े तेड़े जी दुकाना चिट्टी पट्टी से आ जाएगी जे किसी ने जूस पीना या फ्रूट लेना तो ऑबियसली जाहिर जी गल है गड्डी सड़क के पिछे लगेगी तो यह सुभाष जी ने भी गल अंडरलाइन की सी और चावला जी भी जी शिकायत करके गए हम देख लें दुकान जी ऑलरेडी मैं थोड़ा रेडी कहता है सवेर न देखो हमने उन्हें उत्थे ला ली हूं दोबारा छतरी लाता पाया मतलब अभी हमने गए हैं 10 मिनट भी नहीं हुए गल कही सवेरे ला लाने उन्हें ला ली हूने ला ली हूं ही मतलब इन्ना मेहनती है। हाँ बहुत ज्यादा तो आ दुकान जी गल करके गए थे चावला जी कहते छतरिया ला ना ला लो लाओ 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 हूं खड़े हैं 5 मिनट अभी लाओ देखो तुहाडी दुकान नूं लैके 5 साल की चुनौती दे गए चावला जी कहिंदे 5 साल च भी नहीं अंदर करा सकते नहीं नहीं करूंगे करूंगे करो चको चको यार चको प्लीज ला लो सारे बंदे हाथ लो अपने देख लो जी वो चुनौती दे के गए सीगे तां इह हुण पिछे होण लग गया सर जिवें आपां पहला गल करदे सीगे पट्टी तो बिल्कुल डिस्टेंस बहुत घट है देखो मैं तां सारा दिन देखते रहिंदा ना इह जदों भी आउंदे गड्डी च वो जूस फड़ के गड्डी दे विच बैठे हुंदे मतलब काफ़ी दुख लगता ना इन्हां दा दिमाग कम करता जे असीं उन्हां नूं कहिंदे आं मतलब फैमिलियां नाल हुंदियां तां फिर नजायज़ तंग करदे आ बहुत करदे आ मतलब इन्हों नूं भी चाहिए अपने आप से भी आप साइड नूं करा के जो कोई साडे कोल कस्टमर आउंदा गाहक कोई भी आंदा किसे ने जूस पीना कुछ है गड्डी साइड रूल हो जाए तो रोड जिहड़ा बिल हाँ अंदर भी गड्डियां लग सकदियां सारा कुछ हो सकता पर जे असीं इस चीज़ नूं सारे जने समझिए तां आ काम होना सर कल ना असीं वैसे ही देख रहे सीगे मैं ते विजय असीं जा रहे सीगे नहरू गेट वाली साइड उत्थे डिप्लॉयमेंट तां सीगी इक मुलाजम खड़े सीगे पर दो गड्डियां वाले मैं देखे कहिंदे एक मिनट ते दिहाड़ी च किन्नी वार सुनना पैंदा एक मिनट ਇਹ ਤਾਂ ਬਹੁਤ ਜ਼ਿਆਦਾ ਹੈ ਮਤਲਬ ਤੁਸੀਂ ਕਿਸੇ ਨੂੰ ਕਹੋ ਬਸ ਆਇਆ 2 ਮਿੰਟ ਆਇਆ 2 ਮਿੰਟ ਤੱਕ ਹੀ ਕਲਾਮ ਹੈ ਆਇਆ 2 ਮਿੰਟ 2 ਮਿੰਟ ਅੱਛਾ 2 ਮਿੰਟ ਕਦੀ ਲੱਗਦੇ ਨਹੀਂ ਜੇ ਆਪਾਂ ਵੀ ਸਮਝੀਏ ਮੈਂ ਵੀ ਕਿਤੇ ਗੱਡੀ ਰੋਕ ਕੇ ਜਾਣਾ ਹੋਵੇ ਤੁਸੀਂ ਪਾਣੀ ਵੀ ਪੀਣਾ ਤਾਂ ਵੀ 2 ਮਿੰਟ ਤੋਂ ਜ਼ਿਆਦਾ ਟਾਈਮ ਲੱਗਦਾ ਤੁਸੀਂ ਦੁਕਾਨ 'ਚ ਜਾਓਗੇ ਲਾਓਗੇ ਪੈਸੇ ਕੱਢੋਗੇ ਦਿਓਗੇ ਉਹਨੂੰ ਮਤਲਬ ਸਾਡੀ ਕੀ ਆਦਤ ਬਣ ਗਈ ਚਾਹੇ ਅਸੀਂ ਘੰਟਾ ਲਾ ਕੇ ਆਈਏ 2 ਮਿੰਟ ਇਹ ਦਿਹਾੜੀ 'ਚ ਕਿੰਨੀ ਵਾਰ ਸੁਣਨਾ ਪੈਂਦਾ ਬਹੁਤ ਜ਼ਿਆਦਾ ਸਾਰਾ ਦਿਨ ਸੁਣੀਦਾ ਤਾਂ ਕੱਲ ਅਸੀਂ ਵੈਸੇ ਹੀ ਮੈਂ ਤੇ ਵਿਜੇ ਜਾ ਰਹੇ ਸੀ ਤਾਂ ਅਸੀਂ ਦੇਖਿਆ ਕਿ ਡਿਪਲੋਇਮੈਂਟ ਸੀ ਮੈਂ ਗੱਲ ਫਿਰ ਤੋਂ ਸਾਂਝੀ ਕਰ ਦਿੰਦਾ ਦੋ ਕੁ ਗੱਡੀਆਂ ਵਾਲੇ ਸੀਗੇ ਥਾਣੇ ਤੋਂ ਲੈ ਕੇ ਨਹਿਰੂ ਗੇਟ ਦੇ ਵਿਚਕਾਰ ਅਸੀਂ ਸੁਣਿਆ ਕਿ ਉਹ ਮੁਲਾਜ਼ਮ ਨੂੰ ਕਹਿੰਦੇ ਇੱਕ ਮਿੰਟ 2 ਮਿੰਟ ਤਾਂ ਉਹੀ ਸਵਾਲ ਮੈਂ ਲਿਆ ਦਿਹਾੜੀ 'ਚ ਕਿੰਨੀ ਕੁ ਵਾਰ ਸੁਣਨਾ ਪੈਂਦਾ ਇੱਕ ਮਿੰਟ 2 ਮਿੰਟ
दो मिनट एक मिनट हुण ही आए और कहिंदे कि जदों फिर सख्ती बड़ा सिलेक्टिव नहीं कहिंदे जी तो मेरे ख्याल लाइव देख रहे होने जिहड़े कंप्लेंट करके गए सी चावला जी तो वह देख लैण पांच साल की गल कर रहे थे पर सारयां दे सहयोग नाल मेरे ख्याल दस मिनट लग गए पांच मिनट च नहीं होया पर पांच साल वाली गल नहीं रह गई हुण तो तुसीं देख सकते हो कि इन्हां नूं हुण क्लीयर करना पै रहा तस्वीर तुहानू नवें शहर के मुख मार्ग तो दिखा रहे हैं चावला जी का बैम कर दिता दस दियो देख रहे और टेबल चुका दिता उन्होंने और उन्होंने कहता कहते नहीं लावे हेलो हेलो जय हिंद सर जय हिंद हां जी सर विदेशों तो भी कॉल आने लग पे शलाघा हो रही है कहिंदे कि बड़ा चंगा काम कर रही है पुलिस और पुलिस मीडिया ते नगर कौंसल की पूरी टीम और यह बेनती भी कर दी कहिंदे राहों भी एक बार ऐदा हो जाए जी हो जाए ठीक है कोई गल नहीं जे लोग चंगा समझते जरूर करेंगे देखो जिहड़ा समझदार बंदा आ जिहदे सोच संजीदगी हैगी है वह तो समझदा सही नूं सही कहिंदा गलत नूं गलत कहिंदा जे आपां कई वेले नैरेटिव बन जांदे माइंड च दिमाग च कि यार पुलिस गलत ही होनी है जां नगर कौंसल गलत ही होनी है तां उत्थे फिर आपां उस साफ करन नूं टाइम लग जाणा हले सोच नूं देखो तुहाडी सोच है ना जिदा की तुम सोच हूँ वधिया काम करदे तुहाडी सोच उस काम नूं भी सानूं माड़ा कही जावे फिर तुहाडी आपदी सोच है ना साडी सोच थोड़ी है असीं तां रूटीन च मतलब साडी कोशिश यही है ਵੀ ਅਸੀਂ ਵਧੀਆ ਕੰਮ ਕਰੀਏ ਜਿਹੜੀ ਪਬਲਿਕ ਨੂੰ ਪ੍ਰੋਬਲਮ ਨਾ ਆਵੇ ਸਾਡੀ ਡਿਊਟੀ ਵੀ ਇਹੀ ਹੈ ਅਸੀਂ ਤਨਖਾਹ ਲੈਂਦੇ ਹਾਂ ਸਾਡੀ ਡਿਊਟੀ ਵੀ ਇਹੀ ਹੈ ਦੇਖੋ ਜੋ ਰਿਐਲਿਟੀ ਹੈ ਗਰਾਊਂਡ ਰਿਐਲਿਟੀ ਜੋ ਅਸੀਂ ਤਾਂ ਉਹੀ ਐਕਸਪਲੇਨ ਕਰ ਰਹੇ ਹਾਂ ਔਰ ਪੁਲਿਸ ਪ੍ਰਸ਼ਾਸਨ ਨੇ ਪੂਰਾ ਸਹਿਯੋਗ ਕੀਤਾ ਪੂਰਾ ਨਗਰ ਕੌਂਸਲ ਦਾ ਸਹਿਯੋਗ ਕੀਤਾ ਲਾਸਟ ਟਾਈਮ ਨਗਰ ਕੌਂਸਲ ਨੇ ਸਹਿਯੋਗ ਮੰਗਿਆ ਸੀ ਔਰ ਪੂਰੀ ਮਿਹਨਤ ਹੋਈ ਹੈ ਪਰ ਹੁਣ ਦੁਬਾਰਾ ਟੰਗ ਤੇ ਕੱਪੜੇ ਦੇਖ ਲਓ ਦਿਖਾਓ ਦਿਖਾਓ ਵੀ ਜੀ ਦਿਖਾਓ ਹਲੇ ਹੁਣ ਹੀ ਗਏ ਆ ਪੰਜ ਸੱਤ ਮਿੰਟ ਵੀ ਨਹੀਂ ਹੋਏ ਉਹ ਦੁਬਾਰਾ ਕੱਪੜੇ ਟੰਗ ਦਿੱਤੇ ਅੱਛਾ ਔਰ ਬਿਲਕੁਲ ਚੌਂਕ ਚ ਹੈ ਹਾਂ ਬਿਲਕੁਲ ਚੌਂਕ ਤੇ ਤੁਸੀਂ ਕੀ ਕਹੋਗੇ ਕਿੱਦਾਂ ਸਮਝਾ ਸਕਦੇ ਇਹਨਾਂ ਨੂੰ ਹੁਣ ਹੀ ਗਏ ਆ ਹਲੇ ਪੰਜ ਮਿੰਟ ਵੀ ਨਹੀਂ ਹੋਏ ਦੁਬਾਰਾ ਉਸੇ ਤਰ੍ਹਾਂ ਕੱਪੜੇ ਟੰਗ ਦਿੱਤੇ ਆਦਤਾਂ ਬਣ ਗਈ ਹਾਂ ਹੈਬਿਟ ਬਣ ਗਈ ਸੋਚ ਨੂੰ ਨਹੀਂ ਬਦਲ ਸਕਦੇ ਤੁਸੀਂ ਇਹਨਾਂ ਦੀ ਜੇ ਆਪਾਂ ਸੋਚੀਏ ਯਾਰ ਵੀ ਨਹੀਂ ਪ੍ਰੋਬਲਮ ਆਊਗੀ ਮੇਰਾ ਮੇਰੇ ਫਰਜ਼ ਕੀ ਨੇ ਫਿਰ ਕੰਮ ਚੱਲੂਗਾ ਵਧੀਆ ਨਹੀਂ ਨਹੀਂ ਜੇ ਕਹੋਗੇ ਛੱਡ ਪਰੇ ਕੁਛ ਨਹੀਂ ਜੋ ਹੋਇਆ ਕੱਲ ਮੇਰਾ ਖਿਆਲ ਇਹਨਾਂ ਦਾ ਬਰਥਡੇ ਵੀ ਸੀਗਾ ਜੀ ਮਨਾਇਆ ਮਨਾਇਆ ਤਾਂ ਚਲੋ ਠੀਕ ਹੈ ਥੋੜੇ ਦਿਨ ਪਹਿਲਾਂ ਤੁਹਾਡਾ ਸੀ ਕੱਲ ਇਹਨਾਂ ਦਾ ਸੀ ਮਗਰੇ ਮਗਰੇ ਆ ਜੀ ਹਾਂ ਤੁਹਾਡਾ ਵੀ ਆ ਸੰਜੇ ਦਾ ਤਾਲਾ ਆਉਂਦਾ ਚਲੋ ਸੰਜੇ ਦਾ ਤਾਲਾ ਕੇਸ ਨਹੀਂ ਪਾਣਾ ਚਲੋ ਠੀਕ ਹੈ ਜੀ ਮਿਹਨਤ ਕੀਤੀ ਸਾਰਿਆਂ ਨੇ ਲੇਕਿਨ ਹੁਣ ਜੇ ਸ਼ਹਿਰ ਕੋਆਪਰੇਟ ਕਰੇ ਤਾਂ ਸ਼ਹਿਰ ਖੁੱਲਾ ਹੋ ਜਾਏਗਾ ਸ਼ਹਿਰ ਸਾਥ ਦੇਵੇ ਤਾਂ ਬਿਲਕੁਲ ਚਾਹੀਦਾ ਯਾਰ ਦੁਕਾਨਦਾਰਾਂ ਨੂੰ ਵੀ ਚਾਹੀਦਾ ਯਾਰ ਜਿਹੜਾ ਗਾਹਕ ਜਿਹਦੀ ਦੁਕਾਨ ਚ ਆਣਾ ਉਹ ਤਾਂ ਉੱਥੇ ਹੀ ਆਣਾ ਵਾ ਹੁਣ ਏਦਾਂ ਵੀ ਨਹੀਂ ਹੈ ਕਿ ਜਿਹੜੀਆਂ ਦੁਕਾਨਾਂ ਬਾਜ਼ਾਰ ਚ ਨਹੀਂ ਉਹ ਕਹਿੰਦੇ ਚੱਲਦੀਆਂ ਨਹੀਂ ਚੱਲਦੀਆਂ ਬਿਲਕੁਲ ਰੁਜ਼ਗਾਰ ਤਾਂ ਉੱਥੇ ਵੀ ਹੈ ਪਰਮਾਤਮਾ ਨੇ ਹਰ ਇੱਕ ਬੰਦੇ ਨੂੰ ਰੁਜ਼ਗਾਰ ਦਿੱਤਾ ਹੋਇਆ ਵਾ ਔਰ ਇਹ ਜਿਦਮ ਜਿਹਦੀ ਜਿਹੜੀ ਹੈ ਨਾ ਇਹ ਛੱਡਣੀ ਚਾਹੀਦੀ ਆ ਲੋਕਾਂ ਨੂੰ ਜਿਹਦੇ ਇੱਕ ਦੂਜੇ ਨਾਲ ਹਾਂਜੀ ਹਾਂਜੀ ਨਹੀਂ ਬੰਦ ਕਰਾਉ ਮੈਂ ਤਾਂ ਕਰਦਾ ਬਿਲਕੁਲ ਬਿਲਕੁਲ ਹੁਣ ਕੋਠੀ ਰੋਡ ਤੇ ਕੀ ਭਾਂਡੇ ਦੀ ਦੁਕਾਨ ਜਦੋਂ ਜਿਹਦੀ ਲੱਗੀ ਜਾਂਦੀ ਬਿਲਕੁਲ ਬਿਲਕੁਲ ਅੱਧਾ ਬਾਜ਼ਾਰ ਘੇਰਿਆ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਪਰ ਉਹ ਬਹੁਤ ਹੱਦ ਤੱਕ ਹੁਣ ਉਹਨਾਂ ਨੂੰ ਸਮਝਾ ਦਿੱਤਾ ਦੋ ਤਿੰਨ ਦੁਕਾਨਾਂ ਹੀ ਆ ਆਪਣਾ ਠੀਕ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ 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 ਚਲੋ ਠੀਕ ਹੈ ਸਰ ਜੁਆਇੰਟਲੀ ਐਫਰਟ ਜਿਹੜਾ ਕੀਤਾ ਤੁਸੀਂ ਬਹੁਤ ਚੰਗਾ ਲੱਗਾ ਔਰ ਸਰ ਨੇ ਕੱਲੀ ਕੱਲੀ ਗੱਲ ਨੂੰ ਮਾੜਾ ਉਧਰ ਫੇਸ ਕਰ ਲਓ ਸਰ ਠੀਕ ਹੈ ਕੈਮਰੇ ਵੱਲ ਤੇ ਕੱਲੀ ਕੱਲੀ ਗੱਲ ਨੂੰ ਸਰ ਨੇ ਪਿੰਨ ਪੁਆਇੰਟ ਕੀਤਾ ਤਾਂ ਉਹਨੂੰ ਦਿਖਾ ਦਿੱਤਾ ਮੇਰੇ ਖਿਆਲ ਅੱਜ ਪੂਰੀ ਰਿਐਲਿਟੀ ਦਿਖਾ ਦਿੱਤੀ ਬਿਠਾਲੇ ਹੋਏ ਨੇ ਰੋਂਗ ਸਾਈਡ ਆ ਰਹੇ ਨੇ ਦੇਖੋ ਬੱਚੇ ਬਿਠਾਲੇ ਹੋਏ ਨੇ ਰੋਂਗ ਸਾਈਡ ਆ ਰਹੇ ਨੇ ਆਪ ਦੇਖ ਲਓ ਮੈਡਮ ਜੀ ਦੇਖਿਆ ਤੁਸੀਂ ਦੇਖ ਲਿਆ ਸਾਹਮਣੇ ਹੀ ਆ ਜੀ ਔਰ ਕੱਲੀ ਕੱਲੀ ਚੀਜ਼ ਮੇਰੇ ਖਿਆਲ ਅੱਜ ਦੇ ਲਾਈਵ ਚ ਕਿੰਨੇ ਮਿੰਟ ਦਾ ਲਾਈਵ ਹੋ ਗਿਆ ਵੀਜੇ ਇਹ 25 ਮਿੰਟ ਦੇ ਅੱਧਾ ਘੰਟਾ ਪਹਿਲਾਂ ਕੀਤਾ ਅੱਧਾ ਘੰਟਾ ਹੁਣ ਹੋ ਗਿਆ ਇੱਕ ਘੰਟੇ ਚ ਪੂਰੀ ਡਿਟੇਲ ਦਿਖਾ ਦਿੱਤੀ ਤੁਸੀਂ ਠੀਕ ਹੈ ਕੱਲੀ ਕੱਲੀ ਗੱਲ ਮੇਰੇ ਖਿਆਲ ਨਾਲ ਖਾਨੇ ਪੈ ਜਾਣੀ ਕਿ ਕਿੰਨੀ ਹਾਰਡ ਡਿਊਟੀ ਹੈ ਪ੍ਰੈਕਟੀਕਲ ਕੰਮ ਕੀਤਾ ਸਾਰਾ ਹੀ ਲੋਕਾਂ ਲਈ ਕੀਤਾ ਵੀ ਲੋਕੀ ਖਰਾਬ ਹੁੰਦੇ ਨੇ ਜ਼ਿਆਦਾ ਪ੍ਰੋਬਲਮ ਆਉਂਦੀ ਸ਼ਿਕਾਇਤਾਂ ਬਹੁਤ ਹੁੰਦੀਆਂ ਸੀ ਵੀ ਦੁਕਾਨਦਾਰਾਂ ਦੀਆਂ ਵੀ ਫੜੀਆਂ ਵਾਲਿਆਂ ਦੀਆਂ ਵੀ ਹੋਰ ਵੀ ਤਾਂ ਕਾਫੀ ਸ਼ਿਕਾਇਤਾਂ ਸੀਗੀਆਂ ਵੀ ਗੱਬੇ ਨੂੰ ਆਈ ਜਾਂਦੇ ਗੱਬੇ ਨੂੰ ਆਈ ਜਾਂਦੇ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਆਪਦੇ ਬੱਚੇ ਵੀ ਪਾਲੋ ਆਪਦੀ ਕਮਾਈ ਵੀ ਕਰੋ ਹੈ ਨਾ
जिन्ना भी तुसी पिछे रह के साइड थोड़ा पिछा रखोगे तो वधिया रहूगा। लोग जिहड़ा कोई किसी ने समान लेना उन्हूं भी ना प्रॉब्लम आवे। जो फिर वह गब्बे सड़क से गड्डी ला दिंदा फिर असीं आ जांदे आ फिर असीं तंग करदे आ कि यार तू रोंग पार्किंग खड़ा। वह कहिंदा मैं 2 मिंट लाने, 2 मिंट लगते है नहीं करिए। एम्बूलेंस नूं भी फिर बड़ी दिक्कत आ जी। चलो थैंक यू सर, थैंक यू वेरी मच। चलो तुसीं पूरी वीडियो देख ली है जी, तुसीं पूरी वीडियो देख ली है, तुहानूं पूरा दिखा दिता कि किवें पुलिस ने और नगर कौंसल ने रल के जिहड़ा हार्डवर्क किया है। तुहानूं पूरा पी बत्ती दी तस्वीर 1 घंटे दी दिखा दित्तियां, पर हुण शहर वासियां दी भी जिम्मेवारी बनदी है कि यार आप ही मोरली यह फैसला लैण के यार असीं दुकान बाहर नहीं लाउणी, असीं रेहड़ियां बिल्कुल चिट्टी पट्टी दे उत्ते नहीं लाउणी, क्योंकि ट्रैफिक नूं बहुत दिक्कत आउंदी है, एम्बूलेंस नूं बड़ी बार दिक्कत आ जांदी है। और कई वेले अज वीडियो च तुसीं देखे होणा कि बड़ी बार सुभाष जी ने पिन पॉइंट किया, लोग रोंग साइड ते आ रहे हैं, फिर जो उन्होंने रोकते हैं तो फिर वह कहें कि सुभाष जी का कहना कि बाद चाहिए जाना गरीब ने धक्का हो रहा। तो बड़ी बार उन्होंने जी लाइव एग्जाम्पल दिखाई है, असं यह नहीं कि सीधा पुलिस को वैसे ही प्रैफर कर रहे हैं, पुलिस की वैसे ही पिट थापड़ रहे हैं, जो मौके से उन्होंने दिखाया वो तस्वीर की गल कर रहे हैं। कितना कितने कोई मतलब पुलिस वालों भी अणगहली होंगी होगी, कई बार फ्रस्ट्रेट हो जाते हैं, पर अज जो तस्वीर सगिया वो कुछ और ही बयान करते हैं, और जो रियलिटी है सानू वो तो एटलीस्ट बोलनी पवेगी। उम्मीद करते जी शहर सहयोग करेगा और शहर भीड़ा नहीं पहले नाल खुला हो जाएगा। बने रहना भी होती नवा शहर अपने छोटे दिनेश सूरी कैमरा परसन जी को इजाजत दो, बहुत जल्द फिर तो आज रहेंगे। सत श्री अकाल, रब रखा।